सर एक तुहाडे वालों एक मोबाइल चोर नूं काबू किया गया, उहदे बारे माड़ी जानकारी दिओगी? जिहड़ा इह चोर है इहदा नाम है मंगत राम इरिस मंगा। गुरु अर्जन देव नगर का यह रहिशी हैगा। तो अक्सर ये नशा भी आती है, तो जिहदा रिकॉर्ड मुताबक देखा जा रहा कि इहदे खिलाफ़ पहला भी मुकदमे अलग अलग थाणियां विच होणगे। तो यह अक्सर की एक नवी इन्होंने अपनी व्यों बनाई भी हैगी, आटो दे विच सवारी बन के बैठते हैं, तो उस तो बाद जिहड़े भोले भाले लोग सफ़र करते हैं भी अचानक कई बार बंदा नहीं ध्यान दिंदा जां फोन जेब विच थोड़ा बाहर रह गया जिद्दां, वो अपनी चलाकी दे नाल जिहड़ा मोबाइल है ये पकड़ लेंदे ने। उस तो बाद अगले नूं पता भी नहीं लगता कदों चोरी हो गया। उस तो बाद उन्हें रीसेट मरवा के अगे जा के फिर इन्हों बेचते हैं। असं ये भी पता कर रहे हैं कि ये कितने बेचते हैं। ਇਹਦੇ ਤੋਂ ਕਿੰਨੇ ਕੁ ਮੋਬਾਈਲ ਵਗੈਰਾ ਬਰਾਮਦ ਹੋਏ ਜੀ? ਫਿਲਹਾਲ ਅਸੀਂ ਇਹਦੇ ਕੋਲੋਂ ਮੌਕੇ 'ਤੇ ਸਾਨੂੰ 4 ਮੋਬਾਈਲ ਫੋਨ ਬਰਾਮਦ ਹੋਏ ਨੇ, ਅਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਇੱਕ ਕੋਸ਼ਿਸ਼ ਕਰ ਰਹੇ ਹਾਂ ਅੱਜ ਨੂੰ ਪੇਸ਼ ਕਰਕੇ ਤਾਂ ਰਿਮਾਂਡ ਲਿਆ ਜਾਊਗਾ। ਆਪਣੇ ਮਾਨਯੋਗ CP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਆਪਣਾ ਕੰਮ ਕਰਕੇ ਇਹਦੇ ਅੱਗੇ ਤੋਂ ਅੱਗੇ ਹੋਰ ਬਰਾਮਦਗੀ ਕਰਾਈ। ਅੱਛਾ, ਇਹਦੇ ਨਾਲ ਇਹ ਇਕੱਲਾ ਹੀ ਹੈ ਇਸ ਮਾਮਲੇ ਦੇ ਵਿੱਚ ਜਾਂ ਕੋਈ ਇਹਦੇ ਕੋਈ ਹੋਰ ਸੰਗੀ ਸਾਥੀ ਵੀ ਹੈਗੇ ਜੀ? ਇਹ ਫਿਲਹਾਲ ਤਾਂ ਸਾਨੂੰ ਇਕੱਲਾ ਹੀ ਮਿਲਿਆ ਹੈਗਾ। ਜਦੋਂ ਅਸੀਂ ਇੱਥੇ ਜੋਧੇਵਾਲ ਚੌਂਕ ਦੇ ਨਜ਼ਦੀਕ ਸਾਡਾ ਆਹ ਏਰੀਆ ਪੈਂਦਾ, ਉੱਥੇ ਸਾਨੂੰ ਕਿਸੇ ਨੇ ਸ਼ਿਕਾਇਤ ਕੀਤੀ ਵੀ ਇਹ ਜਿਹੜਾ ਬੰਦਾ ਜੀ ਇਹ ਮੇਰੀ ਜੇਬ ਨੂੰ ਹੱਥ ਲਾ ਰਿਹਾ ਹੈਗਾ। ਇਹਦੇ ਵਿੱਚ ਸਾਨੂੰ ਜਿਹੜਾ ਇੱਕ ਬੰਦੇ ਨੇ ਇਹਦੀ ਸ਼ਨਾਖਤ ਵੀ ਕੀਤੀ ਹੈ, ਸਾਡੇ ਕੋਲ ਕੰਪਲੇਂਟ ਵੀ ਆਈ ਇੱਕ ਇਹ ਤੋਂ ਫੜਨ ਤੋਂ ਬਾਅਦ ਵੀ ਜੀ ਇਹ ਬੰਦਾ ਜਿਹੜਾ ਵੀ ਇਹੀ ਬੰਦਾ ਹੈਗਾ ਵੀ ਜਿਹਨੇ ਮੇਰਾ ਮੋਬਾਇਲ ਹੈਗਾ ਵੀ ਇਹਨੇ ਕੱਢਿਆ ਸੀਗਾ। ਠੀਕ ਹੈ, ਉਹ ਅਸੀਂ ਇਹਦੀ ਪਹਿਲਾਂ ਵੀ ਸਾਨੂੰ ਇਹਦੇ ਸ਼ੱਕ ਸੀਗੀ, ਸ਼ੱਕ ਦੇ ਬਣਾ ਦੇ ਫੜਿਆ ਸੀ। ਜਦੋਂ ਇਹਨਾਂ ਪੂਰਾ ਮੌਕੇ 'ਤੇ ਜਵਾਬ ਨਹੀਂ ਦੇ ਸਕਿਆ ਵੀ ਜਿਹੜੀ ਮੈਂ ਮੋਬਾਈਲ ਹੈ ਇਹਨਾਂ ਦੇ ਬਿੱਲ ਹੈ ਜਾਂ ਇਹਨਾਂ 'ਚ ਕਿਹੜਾ ਨੰਬਰ ਹੈ ਜਾਂ ਮੈਂ ਕਿੱਥੋਂ ਲੈ ਕੇ ਆਇਆ, ਠੀਕ ਹੈ, ਉਸ ਤੋਂ ਬਾਅਦ ਫਿਰ ਐਕਸੈਪਟ ਕਰ ਗਿਆ ਵੀ ਹਾਂ ਜੀ ਮੈਂ ਆਹ ਕੰਮ ਕਰਦਾ, ਮੈਂ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਇਹ ਕੰਮ ਇੱਦਾਂ ਲੋਕਾਂ ਦੇ ਚੋਰੀ ਕਰਕੇ ਉਹਨਾਂ ਨੂੰ ਅੱਗੇ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ।